सीएम भगवंत मान ने अज अपने माता जी की इच्छा पूरी करते हुए एक बार फिर अपना गृहस्थ जीवन शुरू किया है ते अपना दूजा विआह डॉक्टर गुरप्रीत कौर दे नाल करवाया है। तो तुहानू दस दिंदे आ कि यह उन्हां दा दूजा विआह है ते पहला विआह जिहड़ा है उन्हां दा इंदरप्रीत कौर दे नाल होया सी, जिन्हां दे नाल उन्हां दा 2015 दे विच तलाक हो गया सी। तलाक दे की रीजनस रहे सन, क्यों तलाक होया सी, अजिही नौबत की आई सी, ये सारी जानकारी तुहानू इस वीडियो दे विच दवांगे। सब तो पहला जी आपां गल करिए तां इंदरप्रीत कौर दे नाल जिहड़ा है उन्हां दा विआह उस समय होया सी जदों भगवंत मान जिहड़े ने उह कॉमेडियन सन। तुहानू दस दईए कि कॉमेडियन तो सीएम बनन दा एक लम्मा सफ़र उन्होंने तय किया है, पूरे पंजाब नूं इस गल दा पता है। तो ये उस वेले दी गल है जदों सीएम भगवंत मान सीएम नहीं हुंदे सन, भगवंत मान एक कॉमेडियन हुंदा सी, कॉमेडियन हुंदे सन, उह एंटरटेनमेंट इंडस्ट्री दे विच सन। उदों उन्हां दा पहला विआह होया सी इंदरप्रीत कौर दे नाल। ਵਿਆਹ ਤੋਂ ਬਾਅਦ ਉਹਨਾਂ ਦੇ ਦੋ ਬੱਚੇ ਹੁੰਦੇ ਹਨ। ਅੱਜ ਦੀ ਡੇਟ ਦੇ ਵਿੱਚ ਉਹਨਾਂ ਦਾ ਇੱਕ 17 ਸਾਲ ਦਾ ਬੇਟਾ ਹੈ ਤੇ 21 ਸਾਲ ਦੀ ਉਹਨਾਂ ਦੀ ਬੇਟੀ ਹੈ, ਦਿਲਸ਼ਾਨ ਮਾਨ ਤੇ ਸੀਰਤ ਮਾਨ। ਇਹ ਇਹਨਾਂ ਦੇ ਬੱਚੇ ਨੇ। ਇਹ ਦੋਵੇਂ ਬੱਚੇ ਇਸ ਵੇਲੇ ਇੰਦਰਪ੍ਰੀਤ ਕੌਰ ਦੇ ਨਾਲ ਅਮਰੀਕਾ ਦੇ ਵਿੱਚ ਸੈਟਲਡ ਨੇ, ਦੋਵੇਂ ਸਟੱਡੀ ਕਰ ਰਹੇ ਨੇ। ਇਹ ਦੋਵੇਂ ਬੱਚੇ ਆਪਣੇ ਮਾਤਾ ਜੀ ਇੰਦਰਪ੍ਰੀਤ ਕੌਰ ਦੇ ਨਾਲ ਨੇ ਜਿਹੜੇ ਕਿ ਸੀਐਮ ਭਗਵੰਤ ਮਾਨ ਦੇ ਪਹਿਲੇ ਵਾਈਫ ਸਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਤਲਾਕ ਇਹਨਾਂ ਦਾ 2015 ਦੇ ਵਿੱਚ ਹੁੰਦਾ ਹੈ। ਇਹ ਉਹ ਸਮਾਂ ਹੈ ਜਦੋਂ ਸੀਐਮ ਭਗਵੰਤ ਮਾਨ ਦੀ ਪੋਲੀਟੀਕਲ ਲਾਈਫ ਜਿਹੜੀ ਹੈ ਵਧੀਆ ਚੱਲਣੀ ਸ਼ੁਰੂ ਹੋ ਚੁੱਕੀ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਨੇ ਐਂਟਰਟੇਨਮੈਂਟ ਇੰਡਸਟਰੀ ਤੋਂ ਪੋਲੀਟੀਕਲ ਲਾਈਫ ਦੇ ਵਿੱਚ ਸਵਿੱਚ ਕੀਤਾ ਸੀ 2012 ਦੇ ਵਿੱਚ। 2012 ਉਹ ਸਾਲ ਹੈ ਜਦੋਂ ਸੀਐਮ ਭਗਵੰਤ ਮਾਨ ਜਿਹੜੇ ਨੇ ਉਹਨਾਂ ਨੇ ਪੋਲੀਟਿਕਸ ਦੇ ਵਿੱਚ ਆਪਣਾ ਸਫ਼ਰ ਜਿਹੜਾ ਹੈ ਸ਼ੁਰੂ ਕੀਤਾ ਸੀ। 2012 ਦੇ ਵਿੱਚ ਉਹ ਪੋਲੀਟਿਕਸ ਦੇ ਵਿੱਚ ਆਉਂਦੇ ਨੇ ਅਤੇ 2014 ਇੱਕ ਅਜਿਹਾ ਸਾਲ ਹੈ, 2014 ਉਹ ਸਾਲ ਹੈ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਸੀ। ਅਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਹੀ ਭਗਵੰਤ ਮਾਨ ਦਾ ਪੋਲੀਟੀਕਲ ਗ੍ਰਾਫ ਜਿਹੜਾ ਹੈ ਉਹ ਉੱਪਰ ਜਾਣਾ ਸ਼ੁਰੂ ਹੋ ਗਿਆ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋ ਵਾਰ ਉਹਨਾਂ ਨੇ ਲੋਕ ਸਭਾ ਦੇ ਇਲੈਕਸ਼ਨ ਲੜੇ ਨੇ ਅਤੇ ਦੋਨੋਂ ਵਾਰ ਹੀ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। ਪਹਿਲੀ ਵਾਰ ਜਦੋਂ ਆਪਾਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਉਹ MP ਦੇ ਇਲੈਕਸ਼ਨਸ ਲੜਦੇ ਨੇ ਤਾਂ ਉਹ ਜਿੱਤ ਹਾਸਲ ਕਰਦੇ ਨੇ, ਅਤੇ ਦੂਜੀ ਵਾਰ ਜਿਹੜਾ ਉਹਨਾਂ ਦੀ ਜਿੱਤ ਹੁੰਦੀ ਹੈ ਉਹ ਹੋਰ ਜ਼ਿਆਦਾ ਖਾਸ ਇਸ ਲਈ ਹੁੰਦੀ ਹੈ ਕਿਉਂਕਿ ਇਹ ਉਹ ਵੇਲਾ ਹੈ ਜਦੋਂ ਆਮ ਆਦਮੀ ਪਾਰਟੀ ਦਾ ਕੋਈ ਹੋਰ ਜਿਹੜਾ ਕੈਂਡੀਡੇਟ ਹੈ, ਜਿਹੜੇ ਵੀ ਲੋਕ ਸਭਾ ਦੇ ਇਲੈਕਸ਼ਨਸ ਦੇ ਵਿੱਚ ਖੜ੍ਹੇ ਸਨ, ਇੱਕ ਵੀ ਕੈਂਡੀਡੇਟ ਜਿਹੜਾ ਹੈ ਸੀਟ ਨਹੀਂ ਜਿੱਤ ਪਾਇਆ ਸੀ ਸਿਵਾਏ ਭਗਵੰਤ ਮਾਨ ਦੇ। ਭਗਵੰਤ ਮਾਨ ਇਕੱਲਿਆਂ ਨੇ ਹੀ, ਭਗਵੰਤ ਮਾਨ ਨੇ MP ਦੀ ਸੀਟ ਜਿੱਤੀ ਸੀਗੀ ਅਤੇ ਆਮ ਆਦਮੀ ਪਾਰਟੀ ਦੇ ਇਕਲੌਤੇ ਜਿਹੜੇ ਨੇ ਉਹ MP ਸਨ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਵਿਧਾਨ ਸਭਾ ਦੇ ਇਲੈਕਸ਼ਨ ਲੜੇ, ਜਿਸ ਤੋਂ ਬਾਅਦ ਉਹ ਭਗਵੰਤ ਮਾਨ ਜਿਹੜੇ ਨੇ ਸੀਐਮ ਬਣਦੇ ਨੇ। ਅਤੇ 2014-15 ਜਿਹਦੀ ਆਪਾਂ ਗੱਲ ਕਰੀਏ, 2015 ਦੇ ਵਿੱਚ ਇਹਨਾਂ ਦਾ ਤਲਾਕ ਹੁੰਦਾ ਹੈ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ, ਇਹਨਾਂ ਦਾ ਇੰਦਰਪ੍ਰੀਤ ਕੌਰ ਦੇ ਨਾਲ ਤਲਾਕ ਹੁੰਦਾ ਹੈ। 2014 ਦੇ ਵਿੱਚ ਉਹ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਅਤੇ ਆਮ ਆਦਮੀ ਪਾਰਟੀ ਜੁਆਇਨ ਕਰਦਿਆਂ ਹੀ ਉਹਨਾਂ ਦਾ ਜਿਹੜਾ ਹੈ ਪੋਲੀਟੀਕਲ ਲਾਈਫ ਵੀ ਆਪਾਂ ਜੇ ਕਹਾਂਗੇ ਤਾਂ ਪੋਲੀਟੀਕਲ ਗ੍ਰਾਫ ਉਹਨਾਂ ਦਾ ਉੱਪਰ ਜਾਣਾ ਸ਼ੁਰੂ ਹੋ ਚੁੱਕਾ ਸੀ। ਅਤੇ ਜਦੋਂ ਉਹਨਾਂ ਦਾ ਤਲਾਕ ਹੋਇਆ ਸੀ 2015 ਦੇ ਵਿੱਚ, ਉਦੋਂ ਉਹਨਾਂ ਨੇ ਫੇਸਬੁੱਕ 'ਤੇ ਪੋਸਟ ਵੀ ਪਾਈ ਸੀ ਭਗਵੰਤ ਮਾਨ ਨੇ। ਉਹਨਾਂ ਨੇ ਇੱਕ ਵੱਡਾ ਬਿਆਨ ਜਿਹੜਾ ਹੈ ਦਿੱਤਾ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ ਬਿਆਨ ਸੀ। ਉਹਨਾਂ ਨੇ ਕਿਹਾ ਸੀ ਕਿ ਜੋ ਲਟਕਿਆ ਸੀ ਚਿਰਾਂ ਤੋਂ ਉਹ ਹੱਲ ਹੋ ਗਿਆ, ਕੋਰਟ 'ਚ ਇਹ ਫੈਸਲਾ ਕੱਲ੍ਹ ਹੋ ਗਿਆ, ਇੱਕ ਪਾਸੇ ਸੀ ਪਰਿਵਾਰ ਅਤੇ ਦੂਜੇ ਪਾਸੇ ਸੀ ਪੰਜਾਬ, ਮੈਂ ਤਾਂ ਯਾਰੋ ਪੰਜਾਬ ਦੇ ਵੱਲ ਹੋ ਗਿਆ। ਯਾਨੀ ਕਿ ਉਹਨਾਂ ਦਾ ਸਿੱਧੇ ਤੌਰ 'ਤੇ ਕਹਿਣਾ ਸੀ ਕਿ ਉਹਨਾਂ ਨੂੰ ਆਪਣੇ ਪਰਿਵਾਰ ਜਾਂ ਫਿਰ ਪੰਜਾਬ ਦੇ ਵਿੱਚੋਂ ਇੱਕ ਚੀਜ਼ ਚੁਣਨੀ ਸੀ ਅਤੇ ਉਹਨਾਂ ਨੇ ਪਰਿਵਾਰ ਨੂੰ ਪਿੱਛੇ ਛੱਡ ਕੇ ਪੰਜਾਬ ਨੂੰ ਚੁਣਿਆ। ਅਤੇ ਉਦੋਂ ਇੰਦਰਪ੍ਰੀਤ ਕੌਰ ਦੇ ਵੀ ਬਿਆਨ ਕਈ ਵਾਰੀ ਸਾਹਮਣੇ ਆਏ ਸਨ ਅਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਚਾਹੇ ਉਹ ਭਗਵੰਤ ਮਾਨ ਤੋਂ ਦੂਰ ਹੋ ਰਹੇ ਨੇ, ਚਾਹੇ ਇੱਕ ਦੂਜੇ ਤੋਂ ਅਲੱਗ ਹੋ ਚੁੱਕੇ ਨੇ ਇੰਦਰਪ੍ਰੀਤ ਕੌਰ ਅਤੇ ਭਗਵੰਤ ਮਾਨ, ਪਰ ਫਿਰ ਵੀ ਭਗਵੰਤ ਮਾਨ ਦੇ ਬਾਰੇ ਉਹਨਾਂ ਨੇ ਕਦੀ ਵੀ ਕੁਛ ਗਲਤ ਨਹੀਂ ਕਿਹਾ ਅਤੇ ਹਮੇਸ਼ਾ ਹੀ ਉਹ ਉਹਨਾਂ ਦੀ ਦੁਆਵਾਂ ਦੇ ਵਿੱਚ ਨੇ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ 2022 ਦੇ ਵਿੱਚ ਜਦੋਂ ਇਲੈਕਸ਼ਨ ਜਿੱਤਣੇ ਨੇ, ਸੀਐਮ ਪਦ ਦਾ ਜਿਹੜਾ ਹੈ ਸਹੁੰ ਚੁੱਕ ਸਮਾਗਮ ਜਦੋਂ ਹੁੰਦਾ ਹੈ, ਉਦੋਂ ਇਹਨਾਂ ਦੇ ਬੱਚੇ ਜਿਹੜੇ ਨੇ ਭਗਵੰਤ ਮਾਨ ਦੇ ਬੱਚੇ, 17 ਸਾਲ ਦਾ ਬੇਟਾ ਹੈ ਅਤੇ 21 ਸਾਲ ਦੀ ਬੇਟੀ ਹੈ, ਦਿਲਸ਼ਾਨ ਮਾਨ ਉਹਨਾਂ ਦਾ ਬੇਟਾ ਹੈ ਅਤੇ ਸੀਰਤ ਮਾਨ ਜਿਹੜੀ ਉਹਨਾਂ ਦੀ ਬੇਟੀ ਹੈ, ਉਹ ਸੀਐਮ ਦੇ ਸਹੁੰ ਚੁੱਕ ਸਮਾਗਮ 'ਤੇ ਜਿਹੜੇ ਨੇ ਪਹੁੰਚਦੇ ਨੇ। ਅਤੇ ਇਹ ਬੜਾ ਹੀ ਇੱਕ ਭਾਵੁਕ ਪਲ ਹੁੰਦਾ ਹੈ ਭਗਵੰਤ ਮਾਨ ਦੇ ਲਈ ਕਿ ਉਹਨਾਂ ਦੇ ਬੱਚੇ ਜਿਹੜੇ ਸਿੱਧੇ ਅਮੈਰੀਕਾ ਤੋਂ ਪੰਜਾਬ ਪਹੁੰਚਦੇ ਨੇ ਉਹਨਾਂ ਦੇ ਸਹੁੰ ਚੁੱਕ ਸਮਾਗਮ 'ਤੇ, ਬੜਾ ਹੀ ਭਾਵੁਕ ਪਲ ਹੁੰਦਾ ਹੈ। ਅਤੇ 2015 ਦੇ ਵਿੱਚ ਇੰਦਰਪ੍ਰੀਤ ਕੌਰ ਦੇ ਨਾਲ ਜਿਹੜਾ ਹੈ ਉਹਨਾਂ ਦਾ ਤਲਾਕ ਹੁੰਦਾ ਹੈ। ਉਸ ਸਮੇਂ ਇਹ ਗੱਲਾਂ ਸਾਹਮਣੇ ਆਈਆਂ ਸਨ ਕਿ ਉਹਨਾਂ ਨੂੰ ਪੰਜਾਬ ਅਤੇ ਆਪਣੇ ਪਰਿਵਾਰ ਦੇ ਵਿੱਚੋਂ ਇੱਕ ਚੀਜ਼ ਚੁਣਨੀ ਪਈ, ਅਤੇ ਉਹਨਾਂ ਨੇ ਇਹ ਗੱਲ ਕਹੀ ਸੀ ਭਗਵੰਤ ਮਾਨ ਨੇ ਕਿ ਉਹਨਾਂ ਨੇ ਪਰਿਵਾਰ ਦੀ ਥਾਂ ਪੰਜਾਬ ਨੂੰ ਚੁਣਿਆ ਹੈ, ਜਿਸ ਨੂੰ ਉਹ ਪਰਿਵਾਰ ਕਹਿੰਦੇ ਨੇ। ਅਤੇ ਹੁਣ ਤੁਹਾਨੂੰ ਦੱਸ ਦਿੰਦੀ ਹਾਂ ਕਿ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਉਹਨਾਂ ਦਾ ਦੂਜਾ ਵਿਆਹ ਹੋਇਆ ਹੈ।
कई गल्लां सामने आईयां ने कि उन्हां दे माता जी की बड़ी ही बड़े चिरा तो इच्छा सी कि जदों दा उन्हां दा तलाक होया है उदों तो उन्हां दी इच्छा सी कि एक बार फिर भगवंत मान अपना गृहस्थ जीवन बसाण ते अपनी फैमिली लाइफ जिहड़ी है शुरू करन। तां अपनी माता जी की इच्छा पूरी करते हुए एक बार फिर उन्होंने विआह करवाया है डॉक्टर गुरप्रीत कौर दे नाल उन्हां दा विआह होया है। तो 2015 दे विच उन्हां दी जिहड़ी पहली पत्नी ने इंद्रप्रीत कौर उन्हां दे नाल तलाक होया सी।